بسم اللہ الرحمن الرحیم السلام علیکم دوستو میں ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ ਤੇ ਤੁਸੀਂ ਦੇਦੇ ਪਏ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਫਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਨਾਜ਼ਰੀਨ ਵੀਡੀਓ ਲੈ ਕੇ حاضر ਹੋਣਾ ਜਿਹੜੀ ਅੱਜ ਦੀ ਵੀਡੀਓ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਦਿਖਾਉਣ ਲੱਗਿਆ ਅੱਜ ਦੀ ਵੀਡੀਓ ਥੋੜੀ ਸ਼ਾਰਟ ਹੈ ਟਾਈਮ ਸ਼ਾਰਟ ਹੋਣ ਦੀ ਵਜ੍ਹਾ ਤੋਂ ਸ਼ਾਰਟ ਵੀਡੀਓ ਬਣਾ ਰਹੇ ਹਾਂ ਔਰ ਸ਼ਾਰਟ ਵੀਡੀਓ ਆਪਣੇ ਵੀਰਾਂ ਭਰਾਵਾਂ ਦੋਸਤਾਂ ਦਿਖਾਵਾਂਗੇ ਗਾਂ ਦੇ ਥਣ ਤੋਂ ਲੈ ਕੇ ਪਿੱਛੇ ਤੋਂ ਲੈ ਕੇ ਜੇਰ ਵੀ ਵਿੱਚ ਦਿਖਾਵਾਂਗੇ ਥਣ ਦੀ ਪਿੱਛੇ ਦੀ ਚੁੰਗਣ ਦੀ ਅਸੀਲ ਸੌ ਦੀ ਜਨਾਬ ਸਾਡੀ ਗਰੰਟੀ ਹੋਏਗੀ ਇਹ ਇਸ ਤਰੀਕੇ ਗਾਂ ਜਿਹੜੇ ਮੇਰੇ ਜਿਵੇਂ ਭਾਈ ਘਰ ਖੜੀ ਹੈ ਜਨਾਬ ਮੇਰੇ ਘਰ ਖੜੀ ਹੈ ਮੇਰੇ ਚਾਚਾ ਜੀ ਨੇ ਸਾਡੇ ਬਜ਼ੁਰਗ ਨੇ ਸਾਡੇ ਮਹਤਮਰਮ ਨੇ ਉਹਨਾਂ ਦੇ ਘਰ ਗਾਂ ਖੜੀ ਹੈ ਜਨਾਬ ਅਸੀਂ ਵੀਡੀਓ ਬਣਾਣ ਲੱਗੇ ਆਂ ਔਰ ਇਹਦਾ ਮਾਸ਼ਾਅੱਲਾ ਮੈਂ ਤੁਹਾਡਾ ਸ਼ਾਦੀ ਤੇ ਬਿਜ਼ੀ ਸਾਂ ਨਹੀਂ ਪਹੁੰਚ ਸਕਿਆ ਚਾਚਾ ਜੀ ਨੂੰ ਮੈਂ ਕਿਹਾ ਚੋ ਲਿਆ ਜੋ ਔਰ ਚਾਚਾ ਜੀ ਕਹਿੰਦੇ ਨੇ ਕਿੰਨਾ ਭਾਈ ਆਪਾਂ ਬੜਾ ਕਿੱਡਾ ਭਾਈ ਨੇ ਕੱਢਿਆ ਸਾਡੇ ਛੋਟੇ ਵੀਰ ਨੇ ਕਿੰਨਾ ਕਿੱਡੇ ਬੋਲਾ ਆਪਾਂ 16 ਲੀਟਰ ਜੀ 16 ਲੀਟਰ ਪਹਿਲਾਂ ਬੋਲਾ ਕੱਢਿਆ ਹਾਂਜੀ 16 ਲੀਟਰ 200 ਪਹਿਲਾਂ ਬੋਲਾ ਕੱ ਇਹ ਜਨਾਬ ਚੌਗੀ ਹੈ ਚੌਗੀ ਹੈ ਜਨਾਬ ਮੂਹ ਚਾਰ ਦੰਦ ਬੱਚੀ ਪਹਿਲਾ ਸੋਹ ਬੱਚੀ ਨੇ ਡਿਲੀਵਰ ਕੀਤਾ ਹੈ ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਸ਼ਾਹ ਕਾਲਾ ਥਣ ਲੱਗਿਆ ਹਰ ਗੱਲ ਦੀ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਤਸੱਲੀਆ ਕਰਾ ਰਿਹਾ ਮਾਸ਼ਾ ਅੱਲਾਹ ਗਾਇਦਾ ਆਰਡਰ ਕੁਆਲਟੀ ਗਾਂ ਦੀ ਪੂਰੀ نسل ਦੇਖਣੀ ਸਿਰੋ ਦੋਸਤ ਮਾਸ਼ਾ ਅੱਲਾਹ ਮੋਨੀ ਵੈੜ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਇਹ ਦੋਸਤ ਮਗਰ ਬੱਚੀ ਹੈ ਔਰ ਤਸੱਲੀਆ ਕਰਾ ਰਿਹਾ ਗਟੋੜਾ ਜੀ ਮਾਸ਼ਾ ਅੱਲਾਹ ਜੀ ਮਾਸ਼ਾ ਅੱਲਾਹ ਬੱਚੀ ਦਾ ਆਰਡਰ ਕੁਆਲਟੀ ਵੇਖਣ ਪੂਰੀ ਬੱਚ ਔਰ ਲੈਣ ਦੇਣੇ ਦੋਸਤ ਮਕਦਰ ਨੇ ਛੱਡ ਕੇ ਪੈ ਜਾਣ ਟੋੜਿਆ ਜੋ ਔਰ ਹਰ ਚੀਜ਼ ਨੇ ਤਸਲੀਆਂ ਕਰਾ ਦੇਾਂਗਾ ਮੈਂ ਆਪਣੇ ਵੀਰਾਂ ਨੂੰ ਕੋਈ ਵੀ ਆਦੇ ਮੈਂ ਭਰਾਵਾਂ ਦੀ ਨਜ਼ਰ ਤੋਂ ਚੀਜ਼ ਹੋ ਜਲ ਨਹੀਂ ਰਹਿਣ ਦੇਣੀ ਅੱਲਾ ਦੇ ਕਮ ਨਾਲ ਵੱਚੀ ਦੀ ਹਾਈਟ ਦੇਖਦੇ ਪੈ ਨੇ ਵੱਚੀ ਦਾ ਸਨਪ ਵੱਚੀ ਦਾ ਹੁਸਨ ਮੇਰੇ ਵੀਰਾਂ ਸਾਹਮਣੇ ਮੁਕੰਮਲ ਅਸੀਂ ਵੱਚੀ ਦੀ ਚੁਆਈ ਬਾਈ ਰਾਨੇ ਨਹੀਂ ਕੀਤੀ ਦੋਸਤੋ ਔਰ ਜੇ ਕੋਈ ਕੋਈ ਗੱਲ ਹੀ ਖੁੱਲਾ ਫਿਰਨ ਦੇ ਕਰ ਅੱਛੀ ਨੂੰ ਮਾਸ਼ਾਅੱਲਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਔਰ ਵੱਚੀ ਮੜੀ ਲਾਜਵਾਬ ਦੋਸਤੋ ਇਹ ਆਪਣੇ ਘਰ ਦੀ ਵੱਚੀ ਹੈ ਜਿਹੜਾ ਅੱਲਾ ਦੇ ਕਮ ਨਾਲ ਵੀਰ ਭਰਾ ਦੋਸਤ ਇਨਸ਼ਾ ਅੱਲਾਹ ਤਾਲਾ ਅੱਛਾ ਲਫ਼ਜ਼ਾਂ ਚ ਦੁਆਵਾਂ ਚ ਯਾਦ ਕਰੇਗਾ ਵੱਚੀ ਦਾ ਖੂਨ ਪਿੱਤ ਵੱਚੀ ਦਾ ਹੁਸਨ ਸਾਰੀ ਹਰ ਸ਼ਾ ਦਿਖਾ ਰਿਹਾ ਵੱਚੀ ਦਾ ਥਣਾ ਤੋਂ ਲੈ ਕੇ ਮੈਂ ਆਪਣੇ ਵੀਰਾਂ ਨੂੰ ਦੱਸਿਆ ਸੀਲ ਸਾਊ ਤੱਕ ਸਾਡੀਆਂ ਗਰੰਟੀਆਂ ਵਾਂਗ ਇਹ ਮਗਰ ਵੀ ਦੋਸਤੋ ਵੱਚੀ ਹੈ ਮਾਸ਼ਾ ਅੱਲਾ ਆ ਵੀ ਵੱਚੀ ਬੜੀ ਖੂਬਸੂਰਤ ਵੈੜ ਹੈ ਔਰ ਤਸਲੀਆਂ ਕਰਾ ਦੇਣੀਆਂ ਨੇ ਮੈਂ ਆਪਣੇ ਭਰਾਵਾਂ ਨੂੰ ਕੋਈ ਵੀ ਤੁਹਾਡੀ ਨਜ਼ਰ ਤੋਂ ਚੀਜ਼ ਉਹ ਜਲ ਨਹੀਂ ਰਹਿ ਜਣੀ ਤੇ ਭਾਈ ਨੂੰ ਇਹ ਪੁੱਛਾਂਗੇ ਰੇਟ ਪਰ ਆ ਤੋਂ ਪੱਕਾ ਕਰਾਵਾਂਗੇ ਜਿਹੜਾ ਆਦੀ ਵੱਚੀ ਦਾ ਭਾਈ ਨੇ ਲੈ ਲੈਣਾ ਪਿਆਰ ਮੁਹੱਬਤ ਤੇ ਸ਼ਫਕਤ ਵਾਲਾ ਭਾਈ ਜਾਨ ਆਪਣਾ ਰੇਟ ਆ ਪੱਕੀ ਕਰਦੇ ਪਿਆ ਦੀ ਕਾਂ ਦਾ ਨਾ ਦਾ 5.5 ਲੱਖ ਦਾ ਸਾਡੇ 5.5 ਲੱਖ ਸਾਡੇ 5 ਤੋਂ 20 ਭਰਾ ਦੋਸਤ ਬੱਚੀ ਦਾ ਕੋਈ ਪਿਆਰ ਮੁਹੱਬਤ شفقت ਕਰਾਂਦੇ ਹੋ ਜਾਏਗੀ ਹੋ ਜਾਏਗੀ ਹੋ ਜਾਏਗੀ ਜੀ ਹੋ ਜਾਏਗੀ ਮਾਸ਼ਾਅੱਲਾ ਜੀ ਪਿਆਰ ਮੁਹੱਬਤ ਹੋ ਜਾਏਗੀ ਜਨਾਬ ਔਰ ਬੱਚੀ ਦਾ ਰਿਕਾਰਡ 인 ਦੀ ਮਾਂ ਦਾ ਕੀ ਸੀ ਆਪਣੀ ਇਸ ਬੱਚੀ ਨੇ ਇਹ 40 ਪਲੱਸ ਸੀ ਜੀ 40 ਪਲੱਸ ਜਿਹੜੀ ਇਹਦੀ ਮਾਂ ਸੀ ਮਾਸ਼ਾਅੱਲਾ ਜੀ ਇਹ ਦੇਖ ਲੈਣ ਮੇਰੇ ਭਰਾ ਹਰ ਚੀਜ਼ ਮੇਰੇ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਦੇਖਦੇ ਪਏ ਪੂਰੀ ਤਸੱਲੀ ਕਰਾ ਰਹੇ ਔਰ ਹਰ ਗੱਲ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦਿਖਾਉਂਦਾ ਪਿਆ ਲੈਣ ਦੇਣ ਮੁਕੱਦਰਾਂ ਦਾ ਪਹਿਲੇ ਵੀ ਕਿਹਾ ਤੇ ਹੋਣ ਵੀ ਕਾਂਗਾ ਦੇ ਵੀਰਾਂ ਨੂੰ ਬੰਦ ਬੰਦ ਉਥੇ ਜਾ ਕੇ ਉਹ ਜੇਰ ਵੀ ਜਨਾਬ ਉਹ ਸਾਹਮਣੇ ਜੇਰ ਵੀ ਵਿਖਾ ਦਿੰਦੇ ਸਾਡੇ 5 ਲੱਖ ਰੁਪਏ ਡਿਮਾਂਡ ਹੈ ਕਿ ਫਾਈਨਲ ਜੀ ਗੱਲ ਹੀ ਹੈ ਬਸ ਥੋੜਾ ਬੋਤਾ ਪਿਆਰ ਮੁਹੱਬਤ ਹੋਣੀ ਹੈ ਥੋੜਾ ਬੋਤਾ ਪਿਆਰ ਮੁਹੱਬਤ ਵੀ ਭਰਾ ਤੋਂ ਕਰਵਾ ਲਾਂਗੇ ਜੀ ਇਨਸ਼ਾਅੱਲਾਹ ਤਾਲਾ ਜਾਨਵਰ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਟੋਟਲ ਦਿਖਾ ਦਿੱਤਾ ਤਸੱਲੀਆ ਕਰਾ ਦਿੱਤੀਆਂ ਨੇ ਔਰ ਇਨਸ਼ਾਅੱਲਾਹ ਤਾਲਾ ਬੱਚੀ 26 27 ਲੀਟਰ ਸਕੂਨ ਨਾ ਕਰੇਗੀ ਨਾ ਜੀ ਇਨਸ਼ਾਅੱਲਾਹ ਇਹ 26 27 ਲੀਟਰ ਕਰੇਗੀ ਸਕੂਨ ਨਾ ਕਿਉਂਕਿ ਭਾਈ ਰਾਨੇ ਇਹ ਇਸ ਗਾ ਬੱਚੀ ਦੀ ਵੀ ਔਰ ਵੀ ਗਾਵਾਂ ਤਿੰਨ ਚਾਰ ਸਨ ਵੇਚੀਆਂ ਨੇ ਇਹ ਬੱਚੀ ਵੀ ਹੁਣ ਤਿਆਰ ਹੋਈ ਤੇ ਇਹਨਾਂ ਵੇਚਣ ਲੱਗੇ ਨੇ ਉਹਦਾ ਇਹ ਵਜ੍ਹਾ ਹੈ ਕਿ ਭਾਈ ਹੁਰੀ ਸਾਰਾ ਸੈਟਅਪ ਜਿਹੜਾ ਆਪਣਾ ਖਤਮ ਕਰਨ ਲੱਗੇ ਨੇ ਔਰ ਤਾਂ ਵੇਚਦੇ ਪਿਆ ਨਹੀਂ ਤਾਂ ਵਰਨਾ ਇਹ ਜਾਨਵਰ ਵੇਚਣ ਵਾਲਾ ਨਹੀਂ ਇਹਦੀ ਮਾਂ ਵੀ ਇਹਨਾਂ ਦੇ ਕੋਲੇ ਸੀ ਭਾਈ ਹੁਰੀ ਨੇ ਆਪ ਸੇਲ ਕੀਤੀ ਸੀ ਔਰ ਉਹਨਾਂ ਦੇ ਕੋਲੇ ਵੀ ਦੁੱਧ ਦੇਵੇਂ ਸੀ Տੇਰ ਇਸ ਗੱਲ ਦੀ ਵੀ ਸਾਡੀ ਅੱਲਾ ਦੇ ਹੁਕਮ ਨਾਲ ਗਾਰੰਟੀ ਹੈਗੀ ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨਿਜਾਸ ਅੱਲਾ ਨੀਕਵਾਨ ਪਾਕਿਸਤਾਨ ਜ਼ਿੰਦਾਬਾਦ